ਚੱਲ ਹੁਣ ਇਹਦੇ ਕੋਲ ਬੋਲਣਾ ਸ਼ੁਰੂ ਹੋ ਗਿਆ। ਮਾਸ਼ਾਅੱਲਾ ਜਾਨਵਰ ਚੈੱਕ ਕਰੋ ਭਾਈ ਸਲੀਮ, ਬੜਾ ਹੀ ਅੱਛਾ ਜਾਨਵਰ ਹੈ। ਠੀਕ ਹੈ, ਘੱਟੋ ਘੱਟ ਹੈ ਉਹ 3.5 ਮਨ ਗੋਸ਼ਟ ਇਹਦੇ ਵਿੱਚ। ਠੀਕ ਹੈ, ਅਤੇ ਆਪਣਾ ਜਾਨਵਰ ਅੱਛਾ ਹੈ। ਠੀਕ ਹੈ, ਜਿਹੜੇ ਭਾਈ ਨੇ ਲੈਣਾ ਇੱਧਰ ਵੀ, ਇੱਧਰ ਵੀ ਮਾਰੋ ਕੈਮਰਾ, ਵੇਖੋ ਜਾਨਵਰ ਉੱਧਰ ਵੀ ਲਾਏ ਦੇ ਨੇ ਆਪਾਂ। ਗਰਮੀ ਹੈ। ਠੀਕ ਹੈ, ਧੜ ਮਾਰਿਆ ਚੁੱਪ ਕੀਤਾ, ਬਾਕੀ ਹੱਥ ਲਾ ਹਮੂਹ ਤੇ ਭਲਾ ਸ਼ਰੀਫ ਸ਼ਰੀਫ ਜਾਨਵਰ ਹੈ। ਸ਼ਰੀਫ ਬੱਛਾ, ਸ਼ਰੀਫ ਬੱਛਾ। ਅੱਛਾ, ਤੇ ਸਾਡੇ ਭਾਜਨ ਜਿੱਥੇ ਆਹ ਬੱਚੇ ਰੱਖੇ ਨੇ, ਅਸੀਂ ਇਹਦਾ ਨਾਂ ਵੀ ਰੱਖਿਆ ਸ਼ਰੀਫ ਬੱਚੇ। ਸ਼ਰੀਫ ਦੇ, ਇਹ ਸ਼ਰੀਫ ਦੇ ਘੱਟੇ ਨੇ ਨੱਥ ਭਈਏ ਨੂੰ, ਇਹ ਸਹੀ। ਆਹੋ, ਇਹ ਘਟਾ ਭਜਨ 4.5 ਮਨ ਗੋਸ਼ਟੇ ਦੇ ਵਿੱਚ, 4.5 ਮਨ ਅਤੇ ਮੇਰੇ ਪੂਰੇ ਇਲਾਕੇ ਦੇ ਵਿੱਚ ਜੇ 4.5 ਮਨ ਦਾ ਕੋਈ ਜਾਨਵਰ ਹੋਇਆ, ਇਹ ਜਾਨਵਰ ਖੜੀ ਦਿਆਂਗਾ ਮੈਂ। ਰੇਟ ਇਹਦਾ ਭਾਜਨ ਬਿਲਕੁਲ ਮਕੂਲ ਰੇਟ, 2,55,300 ਰੁਪਈਆ, 300 ਰੁਪਇਆ ਭਾਜਨ। ਪਾਣੀ ਛਾਣੀ ਪੀਣਾ ਜਿੰਨਾ ਜਿਹੜੇ ਬੰਦੇ ਨੇ ਲਿਆਉਣਾ ਸੀ ਹੈ, 300 ਰੁਪਈਆ ਉਹਦਾ। ਹਾਂ, ਬਾਕੀ ਜਿਹੜੇ ਜਿਹਨੇ ਲੈਣਾ ਆਏ ਇੱਥੇ, ਤਾਂ ਆਪਾਂ ਬਹਿ ਕੇ ਗੱਲ ਕਰਦੇ ਹਾਂ ਅਤੇ ਜਾਨਵਰ ਦੇ ਦਿੱਤਾ। ਠੀਕ ਆ, ਜੇ ਕਿਸੇ ਵੀਰ ਨੇ ਹਿੱਸਾ ਵੀ ਪਾਉਣਾ ਉਹ ਵੀ ਆਏ, ਹਿੱਸਾ ਵੀ ਪਾ ਦਿਆਂਗੇ ਭਾਜਨ। ਹਾਂ, ਜੇ ਤਾਂ ਕਸਾਈ ਵੀ ਚਾਹੀਦਾ ਕੋਈ ਮਿਲ ਜਾਵੇ।